ਹਾਂਜੀ ਕੀ ਹਾਲ ਚਾਲ ਮਿਲਦੇ ਆ ਅੱਜ ਤੁਹਾਨੂੰ ਨਵੇਂ ਨਵੇਂ ਚੀਜ਼ਾਂ ਦੇ ਵਿੱਚ ਅੱਜ ਹੈਗਾ ਕ੍ਰਿਸਮਸ ਡੇ ਦਾ ਬਹੁਤ ਪਹਿਲਾ ਦਿਨ ਹਲੇ ਤਾਂ ਹਲੇ ਕ੍ਰਿਸਮਸ ਕਿਸੇ ਸਟਾਰਟ ਹੋ ਗਈ ਤਾਂ ਬਹੁਤ ਟਾਈਮ ਪਿਆ ਹਲਦਾ ਦਸੰਬਰ ਸਟਾਰਟ ਵੀ ਨਹੀਂ ਹੋਇਆ ਕ੍ਰਿਸਮਸ ਕਹਿਣ ਦਾ ਮਤਲਬ ਆਪਣੇ ਕੋਲ ਨਾ ਇੱਥੇ ਜੈਮਿਨ ਮਾਰਕੀਟ ਲੱਗਦੀ ਹੁੰਦੀ ਆ ਮਹੀਨਾ ਡੇਢ ਕੁ ਮਹੀਨਾ ਪਹਿਲਾਂ ਨਾ ਬਰਮਿੰਘਮ ਟਾਊਨ ਦੇ ਵਿੱਚ ਜੈਮਿਨ ਮਾਰਕੀਟ ਲੱਗਦੀ ਆ ਇਹ ਲੋਕ ਆ ਕੇ ਸ਼ੋਪਾਂ ਲਾਉਂਦੇ ਆ ਇੱਥੇ ਦੱਸਦੇ ਆ ਜਿੱਦਾਂ ਵੀ ਇਹਨਾਂ ਦੇ ਜਿਹੜਾ ਜੋ ਇਹ ਫੂਡ ਲੈ ਕੇ ਆਉਂਦੇ ਆ ਪਤਾ ਨਹੀਂ ਕਿੱਦਾਂ ਦਾ ਹੁੰਦਾ ਇੱਥੇ ਮਿਲਦਾ ਤਾਂ ਹੈ ਨਹੀਂ ਆ ਲੋਕਲ ਇਹ ਬਾਹਰੋਂ ਜਿੱਦਾਂ ਵੀ ਇਹਨਾਂ ਦੇ ਆਪਣੇ ਤਿਆਰ ਹੁੰਦੇ ਨੇ ਜਿਵੇਂ ਕਹਿ ਦਈਏ ਕੋਈ ਪੰਜਾਬ ਤੋਂ ਲਿਆਇਆ ਫੂਡ ਕੋਈ ਲੈ ਕੇ ਆਇਆ ਸਪੇਨ ਤੋਂ ਕੋਈ ਲੈ ਕੇ ਆਇਆ ਜਰਮਨ ਤੋਂ ਕੋਈ ਲੈ ਕੇ ਆਇਆ ਇੰਗਲੈਂਡ ਤੋਂ ਕੋਈ ਲੈ ਕੇ ਆਇਆ ਵੇਲਸ ਤੋਂ ਇੱਦਾਂ ਇੱਦਾਂ ਨਾ ਇਹਨੇ ਆਪਣੀਆਂ ਰੈਸਪੀਆਂ ਬਣਾਈਆਂ ਹੋਈਆਂ ਨੇ ਲੋਕਾਂ ਨੇ ਮਤਲਬ ਕਿ ਤਾਂ ਕਰਕੇ ਆਹ ਮਹੀਨੇ ਇਹਨਾਂ ਦੀਆਂ ਸ਼ੋਪਾਂ ਲੱਗਦੀਆਂ ਇੱਥੇ ਅਤੇ ਫੂਡ ਬਹੁਤ ਮਹਿੰਗਾ ਹੁੰਦਾ ਹੈ ਨਾ ਜਿਹੜੇ ਸੌਸੇਜ ਰੋਲ ਦਾ ਦਿੰਦੇ ਨੇ ਇੱਥੇ ਮੇਨ ਜਿਹੜਾ ਜ਼ਿਆਦਾ ਫੇਮਸ ਆ ਇਹਨਾਂ ਦਾ ਸੌਸੇਜ ਰੋਲ ਆ ਇੱਥੇ ਅਤੇ ਬਹੁਤ ਜ਼ਿਆਦਾ ਸ਼ੋਪਾਂ ਨੇ ਸੌਸੇਜ ਦੀਆਂ ਅਤੇ ਕਾਫੀ ਐਕਸਪੈਂਸਿਵ ਆ ਤੁਹਾਨੂੰ ਦਿਖਾਉਂਦੇ ਅੱਜ ਕਿੱਦਾਂ ਦਾ ਹੈਗਾ ਕਿੱਦਾਂ ਦਾ ਨਹੀਂ ਹੈਗਾ ਜੈਮਿਨ ਮਾਰਕੀਟ ਫੁੱਲ ਬਿਜ਼ੀ ਆ ਇੱਕ ਸੰਡੇ ਆ ਛੁੱਟੀ ਆ ਲੋਕਾਂ ਨੂੰ ਸਾਰੇ ਅਤੇ ਨੋਰਮਲ ਡੇ ਵੀ ਤੁਸੀਂ ਆ ਜਾਓਗੇ ਨਾ ਤਾਂ ਵੀ ਇੰਨਾ ਬਿਜ਼ੀ ਹੋਊਗਾ ਪਰ ਅੱਜ ਕਾਫੀ ਜ਼ਿਆਦਾ ਬਿਜ਼ੀ ਆ ਤੁਹਾਨੂੰ ਦਿਖਾਉਂਦੇ ਜਿੱਦਾਂ ਵੀ ਸੌਪਾਂ ਸ਼ੋਪਾਂ ਹੈਗੀਆਂ ਨੇ ਅਤੇ ਦੇਖਿਓ ਆਹ ਮਤਲਬ ਕਿ ਆਹ ਵਾਈਨ ਵੂਈਨ ਵੇਚ ਰਿਹਾ ਮਾਮਾ ਹੀਰ ਦਾ ਲੋਕਾਂ ਨੂੰ ਦਾਰੂ ਪਿਆ ਰਿਹਾ ਫ੍ਰੀ 'ਚ ਨਵੀਆਂ ਨਵੀਆਂ ਚੀਜ਼ਾਂ ਨੇ ਇਹਨਾਂ ਕੋਲ ਕੋਈ ਜਿਊਲਰੀ ਵੇਚ ਰਿਹਾ ਕੋਈ ਆ ਖਿਡੌਣੇ 'ਚ ਲੈ ਕੇ ਆਇਆ ਦੇਖ ਲਾ ਬਾਹਲਾ ਐਂਡ ਲੋਕ ਨੇ ਆ ਜਿਵੇਂ ਡੈਕੋਰੇਸ਼ਨ ਲਈ ਬੱਲਬ ਜਿਹੇ ਨਹੀਂ ਹੁੰਦੇ ਹੈ ਨਾ ਬਹੁਤ ਵਧੀਆ ਗਾ ਸੈਂਟਰੀ ਬਣਾਈ ਹੋਈ ਆ ਉਹਦੇ ਦੇ ਪਿਕਚਰ ਕਾਲਜ ਦੇ ਉਹ ਵਧੀਆ ਚੀਜ਼ਾਂ ਆਹ ਫੋਨ ਆ ਗਿਆ ਇੱਧਰ ਕਹਿੰਦੇ ਨੇ ਆਈਸਕ੍ਰੀਮਾਂ ਜੀਆਂ ਜੇ ਕਿਸੇ ਨੇ ਆਪਣੀ ਗਰਲਫ੍ਰੈਂਡ ਨੂੰ ਦੇਣਾ ਜਾਂ ਬੋਏਫ੍ਰੈਂਡ ਨੂੰ ਦੇਣਾ ਕੋਈ ਗਿਫਟ ਦੱਸ ਦਿਓ ਮੈਂ ਭੇਜ ਦੇਣਾ ਇੱਥੋਂ ਇੱਕ ਦੋ ਹੁਣ ਮੈਂ ਇਹੀ ਚੀਜ਼ ਸੋਚ ਰਿਹਾ ਯਾਰ ਵੀ ਹਨਾ ਇੱਕ ਦੋ ਬੰਦੇ ਨਾ ਪੰਜ ਕੁ ਬੰਦੇ ਚੂਜ਼ ਕਰਾਂਗੇ ਆਪਾਂ ਜਿਹੜੇ ਕਮੈਂਟ ਕਰਨਗੇ ਆਪਾਂ ਬੈਸਟ ਜਿਹੜੇ ਕਮੈਂਟ ਹੋਣਗੇ ਨਾ ਉਹਨਾਂ 'ਚੋਂ ਪੰਜ ਬੰਦਿਆਂ ਨੂੰ ਆਪਾਂ ਚੀਜ਼ਾਂ ਦੇਵਾਂਗੇ ਕੋਈ ਵਧੀਆ ਲੈ ਕੇ ਇੱਥੋਂ ਅਤੇ ਚੀਜ਼ਾਂ ਵੀ ਲੈ ਕੇ ਦੇਵਾਂਗੇ ਅਤੇ ਕਾਫੀ ਜਿਹੜੇ ਵਧੀਆ ਕਮੈਂਟ ਕਰਦੇ ਹੋਣਗੇ ਬਾਅਦ 'ਚ ਦੱਸਦਾ ਤੁਹਾਨੂੰ ਸਾਰਿਆਂ ਨੂੰ ਦੇਖੋ ਵਾਈਨ ਮਤਲਬ ਕਿ ਹਰ ਇੱਕ ਦੀ ਆਪਣੀ ਇਹਨਾਂ ਨੇ ਹੁਣ ਆਹ ਫਰੈਸ਼ ਅੰਗੂਰ ਨੇ ਗਰੇਪਸ ਤੋਂ ਤਿਆਰ ਕੀਤੀ ਹੋਈਆਂ ਚੀਜ਼ਾਂ ਨੇ ਇਹ ਉਹ ਵਾਈਨ ਆ ਅਤੇ ਕਾਫੀ ਫੇਮਸ ਆ ਮਤਲਬ ਕਿ ਇੱਥੇ ਚੀਜ਼ਾਂ ਜਿਹੜੀਆਂ ਬਣਾਉਂਦੇ ਨੇ ਪਰਸਨਲ ਨਾ ਕੋਈ ਇਹਨਾਂ 'ਚ ਕੋਈ ਮਿਲਾਵਟ ਨਹੀਂ ਕੁਛ ਨਹੀਂ ਹੈਗਾ ਬਹੁਤ ਵਧੀਆ ਬੈਸਟ ਚੀਜ਼ਾਂ ਨੇ ਓਰੀਜਨਲ ਤਿਆਰ ਕਰਕੇ ਦਿੰਦੇ ਆ ਕਿੰਨੇ ਸਹੀ ਆ ਯਾਰ ਕੁੜੀਆਂ ਨੂੰ ਆਹ ਚੀਜ਼ਾਂ ਕਾਫੀ ਮੈਨੂੰ ਲੱਗਦਾ ਵਧੀਆ ਲੱਗਦੀਆਂ ਹੁੰਦੀਆਂ ਨੇ ਹੈਨਾ ਆਹ ਦੇ ਲੈ ਟੋਪੀ ਤੈਨੂੰ ਵੀ ਦਿੱਤਾ ਦੀ ਕਹਿੰਦੇ ਤੂੰ ਨਹੀਂ ਮੰਨਦਾ ਸੌਰੀ ਅਤੇ ਇੱਧਰ ਆ ਗਿਆ ਬੁਲਬਲੇ ਵੇਚ ਰਿਹਾ ਬੁਲਬਲੇ ਬਲੂਨ ਆਪਣਾ ਪਿੰਡ ਵਾਲਿਆਂ ਦਾ ਤਾਂ ਹੋਰ ਹੀ ਹੁੰਦਾ ਆਹ ਕੀ ਚੀਜ਼ ਖੜੀ ਆ ਮਾਮਾ ਜਮੀ ਐਂ ਰਹਿ ਮੇਰਾ ਵਾਲਾ ਬੁੱਤ ਹੁੰਦਾ ਹੈ ਨਾ ਇਹ ਬਾਬਾ ਜੀ ਕਾ ਠੁੱਲੂ ਕਰੀ ਬਾਬਾ ਜੀ ਕਾ ਠੁੱਲੂ ਨਹੀਂ ਬਾਬਾ ਜੀ ਕਾ ਠੁੱਲੂ ਨਹੀਂ ਤਾਂ ਹੋਰ ਕਰ ਰਿਹਾ ਇੱਦਾਂ ਕਰੀ ਬਾਬਾ ਜੀ ਕਾ ਠੁੱਲੂ ਇੱਦਾਂ ਨਹੀਂ ਹੈ ਕੋਈ ਹੋਰ ਵਾਰ ਮਾਮਾ ਹੀਰ ਦਾ ਕੀ ਕਰੀ ਜਾਂਦਾ ਕ੍ਰਿਸਮਿਸ ਟ੍ਰੀ ਦੇਖ ਲਓ ਬਾਬੇ ਦੇ ਯੂ ਆਰ I'm just looking at you with no coat on. I bet you wouldn't stand here like that with your saddle. Nah, I would be dying then, man. ਬਾਬਾ ਕਹਿੰਦਾ ਜੇ ਤੇਰੀ ਜਿਹੜੀ ਜੈਕਟ ਜੀ ਤੂੰ ਪਾਈ ਫਿਰਦਾ ਕੋਟੀ ਜੀ ਗੰਦੀ ਜੀ ਨਾ ਕਹਿੰਦਾ ਜੇ ਤੂੰ ਆ ਪਾ ਕੇ ਇੱਥੇ ਖੜ ਗਿਆ ਮਰ ਜਾਏਗਾ ਮੈਂ ਕਿਹਾ ਸਹੀ ਗੱਲ ਸੱਚੀ ਮਰ ਜਾਣਾ ਮੈਂ ਵਾਕਈ ਬੈਸਟ ਚੀਜ਼ ਮੈਨੂੰ ਆਹ ਲੱਗਦੀ ਹੈ ਯਾਰ ਕਿੰਨੀ ਪੁਰਾਣੀ ਬਿਲਡਿੰਗ ਆ ਯਾਰ ਇਹੀ ਚੀਜ਼ਾਂ ਬੈਸਟ ਨੇ ਬਸ ਹੋਰ ਕੁਛ ਨਹੀਂ ਐਂਡ ਚੀਜ਼ਾਂ ਨੇ ਇਹ ਮਤਲਬ ਕਿ ਕਿੰਨਾ ਜ਼ਿਆਦਾ ਵਧੀਆ ਯਾਰ ਇਹ ਕਿੰਨਾ ਸੋਹਣਾ ਲੱਗਦਾ ਮੈਨੂੰ ਇਹ ਪੁਰਾਣੀਆਂ ਚੀਜ਼ਾਂ ਨੇ ਨਾ ਜਿਹੜੀਆਂ ਬਾਹਲੀਆਂ ਵਧੀਆ ਲੱਗਦੀਆਂ ਨੇ ਬਾਹਲੀਆਂ ਜ਼ਿਆਦਾ ਉੱਥੇ ਮੇਰਾ ਤਾਂ ਕੁਈਨ ਦੇ ਜਿੱਦਾਂ ਹੁਣੀ ਦਿਨ ਕਰਦੇ ਹੁੰਦੇ ਹੈ ਨਾ ਵੀ ਜਿਵੇਂ ਰਾਜੇ ਨੂੰ ਸਿੰਘਾਸਣ ਦਿੰਦੇ ਹੁੰਦੇ ਨੇ ਨਾ ਮੇਰਾ ਤਾਂ ਉਹ ਚੀਜ਼ ਆ ਉਹ
ਜਿਵੇਂ ਮਤਲਬ ਕਿ ਨਵਾਂ ਰਾਜਾ ਹੁੰਦਾ ਉਹਨੂੰ ਕਹਿੰਦੇ ਨੇ ਵੀ ਗੱਦੀ ਦਿੱਤੀ ਆ ਆਹ ਦਿਨਾਂ ਦੇ ਵਿੱਚ ਸਕਿਉਰਿਟੀ ਫੁੱਲ ਹੁੰਦੀ ਹੈ ਇੱਥੇ ਹਰ ਥਾਂ 'ਤੇ ਪੁਲਿਸ ਹੀ ਪੁਲਿਸ ਮਿਲੂਗੀ ਤੁਹਾਨੂੰ ਆਹ ਦੇਖ ਲਓ ਇੱਧਰ ਹੁਣ ਥੋੜ੍ਹਾ ਜਿਹਾ ਖਾਸ ਦਿੰਦਾ ਵਿਊ ਵਧੀਆ ਦਿੰਦਾ ਹੈਗਾ ਅਤੇ ਆਹ ਕੀ ਬੈਠਾ ਹੋਏ ਇਹਦੇ ਪੈਰ ਘੋੜੇ ਵਾਲੇ ਨੇ ਬੈਕ ਵੀ ਘੋੜੇ ਵਾਲਾ ਮਤਲਬ ਕਿ ਸਿਸਟਮ ਆ ਉੱਪਰੋਂ ਫੰਘ ਮੈਨੂੰ ਲੱਗਦਾ ਪਤਾ ਨਹੀਂ ਕਿਹਦੇ ਵਾਲੇ ਨੇ ਮੂੰਹ ਬੰਦੇ ਵਾਲਾ ਅਤੇ ਮੂਹਰਲੇ ਪੰਜੇ ਹੈਗੇ ਸ਼ੇਰ ਵਾਲੇ ਹੁਣ ਨਿਆਣਾ ਜਿਹਾ ਖੜਾ ਉੱਥੇ ਮੈਨੂੰ ਲੱਗਦਾ ਵੀ ਡਰਾ ਨਾ ਦੇਵੇ ਉਹ ਕਿਸੇ ਨੂੰ ਜਾਨਵਰ ਜੇ ਨੂੰ ਆਹ ਜਿਹੜੀਆਂ ਬਿਲਡਿੰਗਾਂ ਨੇ ਇਹ ਨੇ ਪੁਰਾਣੀਆਂ ਬਿਲਡਿੰਗਾਂ ਲਵਲੀ ਬਿਲਡਿੰਗ ਆ ਲਵਲੀ ਲਵਲੀ ਤੁਹਾਨੂੰ ਦਿਖਾਉਂਦੇ ਹਾਂ ਮਤਲਬ ਕਿ ਚਿੱਲ ਪਹਿਲਾਂ ਇੱਧਰ ਬਹੁਤ ਜ਼ਿਆਦਾ ਬਿਜ਼ੀ ਆ ਮਤਲਬ ਕਿ ਜੇ ਕਿਸੇ ਨੇ ਆਉਣਾ ਹੋਇਆ ਜਿਹਨੇ ਮਤਲਬ ਕਿ ਆ ਰਿਹਾ ਇੰਗਲੈਂਡ ਦੇ ਵਿੱਚ ਜ਼ਰੂਰ ਦੇਖਿਓ ਜਰਮਨ ਮਾਰਕੀਟ ਬਰਮਿੰਘਮ ਦੀ ਬੈਸਟ ਚੀਜ਼ ਆ ਯਾਰ ਮਤਲਬ ਕਿ ਖਾਣ ਨੂੰ ਵੀ ਬਹੁਤ ਵਧੀਆ ਟੇਸਟੀ ਚੀਜ਼ਾਂ ਨੇ ਅਸੀਂ ਸੋਸੇਜ ਟਰਾਈ ਕੀਤੇ ਸੀਗੇ ਅਤੇ ਸਵੀਟਾਂ ਐਂਡ ਚੀਜ਼ ਆ ਕੁੱਤਾ ਕਿੰਨਾ ਸੋਹਣਾ ਨਿੱਕਾ ਜਿਹਾ ਪਿੱਦਾ ਜਿਹਾ ਲੋਕੀ ਫੋਟੋਆਂ ਖਿਚਾ ਰਿਹਾ ਚਿੱਲ ਪਿੱਲ 'ਤੇ ਬਾਬਾ ਵੀ ਵਿਚਾਰਾ ਦੇਖਣਾ ਆ ਜਰਮਨ ਮਾਰਕੀਟ ਸਹੀ ਆ ਯਾਰ ਚਾਹੀਦਾ ਵੀ ਆ ਘਰੇ ਬਹਿ ਕੇ ਕੀ ਕਰਨਾ ਘਰੇ ਬੈਠੇ ਲੋਕੀ ਸਹੀ ਆ ਰਜਾਈਆਂ 'ਚ ਆਓ ਬਾਹਰੇ ਦੇਖੋ ਮਾੜਾ ਜਿਹਾ ਦੇਖੋ ਵੀ ਕੀ ਚੱਲ ਰਿਹਾ ਮਾਹੌਲ ਮਾਹੌਲ ਹੈਗਾ ਠੰਡ ਦਾ ਠੰਡ ਦਊਗੀ ਮਾਰ ਆਹ ਕੀ ਵੇਚ ਰਹੇ ਹੋਏ ਚੀਜ਼ ਹੀ ਪਹਿਲੀ ਵਾਰੀ ਦੇਖੀ ਮੈਂ ਤਾਂ ਕਦੇ ਸੁਣਿਆ ਵੀ ਨਹੀਂ ਹੈ ਖਾਣ ਵਾਲੀ ਚੀਜ਼ ਤਾਂ ਬੜੀ ਤਕੜੀ ਚੀਜ਼ ਬਣਾ ਰਹੇ ਨੇ ਪਰ ਇੰਨਾ ਹੈਗਾ ਨਿੱਘ ਬਹੁਤ ਹੀ ਉੱਥੇ ਖੜ ਕੇ ਵਧੀਆ ਸੇਕ ਆ ਰਿਹਾ ਸੀਗਾ ਜੀ ਕਰਦਾ ਉੱਥੇ ਹੀ ਖੜ ਜਾਈਏ ਕਾਫੀ ਜਣੇ ਪੁੱਛ ਰਹੇ ਵੀ ਸ਼ੋਪਿੰਗ ਸ਼ੁਪਿੰਗ ਦਾ ਦਿਖਾਓ ਨਾ ਸ਼ੋਪਿੰਗ ਦੀ ਵੀ ਆਊਗੀ ਬਹੁਤ ਜਲਦ ਕਿਉਂਕਿ ਮੇਰੇ ਕੋਲ ਹਲੇ ਲੈਣ ਵਾਲਾ ਕੁਛ ਨਹੀਂ ਹੈਗਾ ਯਾਰ ਕੱਪੜੇ ਕੁੱਪੜੇ ਮੇਰੇ ਕੋਲ ਸਾਰਾ ਕੁਝ ਲਿਆ ਪਿਆ ਗਾ ਵਾਧੂ ਅਤੇ ਬਾਹਲਾ ਲੈ ਕੇ ਵੀ ਕੀ ਕਰਨਾ ਜੇ ਤਾਂ ਇੱਕ ਦੋ ਕੱਪੜੇ ਨਾਲ ਸਰ ਜੂਗਾ ਫਿਰ ਤਾਂ ਮੈਂ ਲੈ ਲੈਣਾ ਨਹੀਂ ਫਿਰ ਥੋੜ੍ਹਾ ਜਿਹਾ ਮੁਸ਼ਕਿਲ ਹੀ ਆ ਹਲੇ ਸ਼ੋਪਿੰਗ ਸ਼ੁਪਿੰਗ ਵਾਲਾ ਮਾਹੌਲ ਹੈ ਨਹੀਂ ਆਪਣੇ ਕੋਲ ਪਰ ਕਰ ਦਾਂਗੇ ਕੋਈ ਨਾ ਤੁਹਾਡੇ ਕਰਕੇ ਆਪਾਂ ਥੋੜ੍ਹੇ ਮੋਟੇ ਚਿੱਲ ਪਿੱਲ ਵਾਲੀ ਸ਼ੋਪਿੰਗ ਲਿਟਲ ਬਿਟਲ ਹੁੰਦੀ ਜਿਹੜੀ ਘੋੜੇ ਘੂੜੇ ਰੱਖੇ ਹੋ ਮਾਮਾ ਇਹਨਾਂ ਨੇ ਉਹ ਨਿਆਣੇ ਉਹ ਕਿੰਨੇ ਮੋਟੇ ਨਿਆਣੇ ਦੀ ਉਹ ਬਾਬੇ ਦੇ ਹੈਗਾ ਪਰ ਉਹਦਾ ਨੂਣ ਆ ਇਹ ਹਿਮਾਲਿਆ ਦਾ ਨੂਣ ਆ ਜੇ ਕਿਸੇ ਨੇ ਲੈਣਾ ਹੋਵੇ ਹਿਮਾਲਿਆ ਦੀਆਂ ਚੋਟੀਆਂ ਤੋਂ ਲਿਆਂਦਾ ਗਿਆ ਹੈ ਚੌਂਕਦਾਸ ਭੀੜ ਪੜੱਕਾ ਨਾਲੇ ਕਹਿ ਜਾਂਦੀਆਂ ਸੌਰੀ ਦਾ ਨਾਲੇ ਮਾਰਨ ਤੱਕਾ ਪ੍ਰੀਤ ਕੀ ਲਿਖਿਆ ਪ੍ਰੀਤ ਆ ਮੈਨੇਜਰ ਮੈਨੇਜਰ ਨਵੀਆਂ ਨਵੀਆਂ ਚੀਜ਼ਾਂ ਆ ਰਹੀਆਂ ਨੇ ਮੇਰਾ ਵੀਰ ਪਤਾ ਨਹੀਂ ਕੀ ਲੈ ਕੇ ਆਏ ਨੇ ਕੀ ਬਣਾ ਰਹੇ ਨੇ ਕੀ ਨਹੀਂ ਬਣਾ ਰਹੇ ਹਾਂ ਜਿਹੜਾ ਈਟ ਫੋਰ ਲੈਸ ਹੈ ਨਾ ਬਰਮਿੰਘਮ ਦੇ ਵਿੱਚ ਬਹੁਤ ਸਸਤਾ ਇਹ ਇਕੱਲਾ ਬਰਮਿੰਘਮ 'ਚ ਨਹੀਂ ਹੈਗਾ ਬਾਹਰੇ ਸਾਰੇ ਕਿਤੇ ਹੀ ਆ ਈਟ ਫੋਰ ਲੈਸ ਜੇ ਕਿਸੇ ਨੇ ਫੂਡ ਖਾਣਾ ਬਹੁਤ ਸਸਤਾ ਫੂਡ ਆ ਇਹਨਾਂ ਦਾ ਵਧੀਆ ਨਾਲੇ ਸਭ ਤੋਂ ਵਧੀਆ ਕ੍ਰਿਸਮਸ ਮਨਾਈ ਜਾਂਦੀ ਆ ਇੰਗਲੈਂਡ ਦੇ ਵਿੱਚ ਜਿੱਥੇ ਤੱਕ ਮੈਨੂੰ ਲੱਗਦਾ ਬਾਕੀ ਆਪਾਂ ਕਹਿ ਨਹੀਂ ਸਕਦੇ ਪਰ ਇੰਨਾ ਕੁ ਮੈਨੂੰ ਜ਼ਰੂਰ ਪਤਾ ਵੀ ਹਾਂਜੀ ਇੰਗਲੈਂਡ ਦੇ ਵਿੱਚ ਕ੍ਰਿਸਮਸ ਸਭ ਤੋਂ ਟੌਪ ਦੀ ਮਨਾਈ ਜਾਂਦੀ ਹੈ ਕਿਉਂਕਿ ਆਹ ਟਾਈਮ ਇੰਗਲੈਂਡ ਦੇ ਵਿੱਚ ਨਾ ਮੋਸਟਲੀ ਜ਼ਿਆਦਾਤਰ ਛੁੱਟੀਆਂ ਹੁੰਦੀਆਂ ਨੇ ਅਤੇ ਬਿਜ਼ੀ ਵੀ ਇੰਨਾ ਕੁ ਹੁੰਦਾ ਗੱਲਾਂ ਹੀ ਹਰ ਇੱਕ ਸ਼ੋਪ 'ਤੇ ਤੁਹਾਨੂੰ ਇਕੱਠ ਮਿਲਣਾ ਮਤਲਬ ਕਿਉਂਕਿ ਜ਼ਿਆਦਾ ਬਿਜ਼ੀ ਆ ਅਤੇ ਲੋਕ ਆਇਆ ਖਾਣ ਪੀਣ ਹੁਣ ਇਹ ਆਪਣੇ ਵਰਗੇ ਤਾਂ ਹੈ ਨਹੀਂ ਗਾ ਵੀ ਚਲੋ ਆਪਾਂ ਹੁਣ ਭੁੱਖੇ ਰਹਿ ਲਓ ਆਪਣੇ ਜਵਾਕਾਂ ਵਾਸਤੇ ਜਵਾਕਾਂ ਨੇ ਭੁੱਖੇ ਰਹਿਣਾ ਆਪਣੇ ਜਵਾਕਾਂ ਵਾਸਤੇ ਉਹਨਾਂ ਨੇ ਆਪਣੇ ਜਵਾਕਾਂ ਵਾਸਤੇ ਪੋਤੇ ਪੋਤੀਆਂ ਦਾਦੇ ਪੋਤੀਆਂ ਇਹਨਾਂ ਕੋਲ ਕੰਮ ਹੈ ਨਹੀਂ ਇਹ ਕਹਿੰਦੇ ਵੀਰੇ ਆਪਣਾ ਕਮਾਓ ਆਪਣਾ ਖਾਓ ਚਿੱਲ ਪਿੱਲ ਕਰੋ ਬਸ ਇਹ ਕੰਮ ਨਹੀਂ ਹੈਗਾ ਵੀ ਹਾਂਜੀ ਅਤੇ ਅੱਜ ਮੈਂ ਕਮਾਊਂਗਾ ਮੈਂ ਭੁੱਖਾ ਰਹਿ ਕੇ ਦਿਹਾੜੀ ਕੱਢੂੰਗਾ ਅਤੇ ਕੱਲ੍ਹ ਨੂੰ ਮੈਂ ਆਪਣੇ ਜਵਾਕਾਂ ਨੂੰ ਦਊਂਗਾ ਪੈਸੇ ਉਹ ਕੰਮ ਫਾਇਦਾ ਨਹੀਂ ਯਾਰ ਆਪਣੇ ਖਾਓ ਵੀਰੇ ਚਿੱਲ ਕਰੋ ਜਿਹੜੇ ਬਚ ਕੇ ਦੇ ਦਿਓ ਨਹੀਂ ਕੋਈ ਚੱਕਰ ਨਹੀਂ ਕਿਸੇ ਲਈ ਜੋੜਨ ਦੀ ਲੋੜ ਨਹੀਂ ਭਰਾਵਾ ਖਾਓ ਪੀਓ ਨਜ਼ਾਰੇ ਲਓ ਬੁੱਲੇ ਵੱਡੋ ਆਹੀ ਇੱਕ ਲਾਈਫ ਆ ਇਹਦੇ 'ਚ ਵੀ ਜੇ ਤੁਸੀਂ ਪੈਸੇ ਜੋੜ ਜੋੜ ਕਿੱਥੇ ਲੈ ਜਾਣੇ ਲਾਈਫ ਇੰਜੋਏ ਕਰੋ ਕੰਮ ਕਰੋ ਹਾਰਡ ਦੱਬ ਕੇ
ਕੰਮ ਵੀ ਕਰੋ ਖਰਚੇ ਵੀ ਖੁੱਲੇ ਕਰੋ ਫਿਰ ਸਹੀ ਆ ਏਦਾਂ ਨਹੀਂ ਹੈਗਾ ਵੀ ਬਸ ਜੋੜੀ ਜਾਓ ਠੀਕ ਹੈ ਇੱਕ ਲਿਮਿਟ ਹੁੰਦੀ ਹੈ ਵੀਰੇ ਜੋੜਨ ਦੀ ਜੋੜੋ ਜਿੰਨਾ ਕੁ ਚਾਹੀਦਾ ਮੈਰੀ ਕ੍ਰਿਸਮਸ ਮੈਰੀ ਕ੍ਰਿਸਮਸ ਕਿੱਦਾਂ ਐਡੀਆਂ ਐਲਸੀਡੀਆਂ ਲੱਗੀਆਂ ਯਾਰ ਗੱਲਾਂ ਹੀ ਛੱਡ ਦਿਓ ਨਾ ਗੱਡੀਆਂ ਚੱਲਦੀਆਂ ਨੀ ਹੈਗੀਆਂ ਸੈਂਟੇ ਨੇ ਆਪਣੇ ਹਿਰਨਾਂ ਦੇ ਉੱਪਰ ਆਉਣਾ ਸਾਰਿਆਂ ਨੂੰ ਘਰੇ ਘਰੇ ਗਿਫਟ ਦੇ ਕੇ ਜਾਊ ਅੱਗੇ ਜਾ ਕੇ ਵੀ ਬਸ ਇਹੀ ਆ ਦੇਖੋ ਤੁਸੀਂ ਹੁਣ ਸਾਰੇ ਸਾਰੀਆਂ ਸ਼ੌਪਾਂ ਤੇ ਮਤਲਬ ਕਿ ਸੈਂਟੇ ਸਰਦਾਰ ਜੀ ਵਿਸ਼ਿੰਗ ਯੂ ਮੂਵਿੰਗ ਕ੍ਰਿਸਮਸ ਸਹੀ ਹੈ ਵਿਸ਼ ਯੂ ਮੂਵਿੰਗ ਕ੍ਰਿਸਮਸ ਅਤੇ ਸਾਰੀਆਂ ਸ਼ੋਪਾਂ 'ਤੇ ਬੈਠੇ ਆ ਸੈਂਟੇ ਦੇਖ ਲਓ ਆ ਗਿਆ ਹੋਟਲ ਜਿੱਥੇ ਕੀ ਕਹਿੰਦੇ ਨੇ ਉਹਨੂੰ ਜਵਾਕ ਰਹਿੰਦੇ ਨੇ ਛੋਟੇ ਛੋਟੇ ਲਿਟਲ 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 ਜਵਾਕ ਵੱਡੇ ਹੋ ਕੇ ਉਹਨਾਂ ਨੇ ਇਹ ਹੋਟਲ 'ਚੋਂ ਨੈਕਸਟ ਵਾਲੇ ਆਊ 'ਚ ਮੂਵ ਹੋ ਜਾਣਾ ਮਜ਼ਾਕ ਕਰਦਾ ਮਜ਼ਾਕ ਸਮਝਦਾ ਨਹੀਂ ਹੈ ਯਾਰ ਇਕੱਲਾ ਹੀ ਹੱਸਦਾ ਜਾਂਦਾ ਆਪਣੇ ਅੰਦਰ ਪਤਾ ਨਹੀਂ ਕੀ ਯਾਦ ਆ ਗਿਆ ਇਹਦੇ ਵਨ ਥਰਟੀ ਫਾਈਵ